ਦੇ ਨਾਲ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ, ਜੰਗਲ ਰਾਜ ਹੈ, ਜੰਗਲ ਰਾਜ ਹੈ ਇਹ। ਤੁਸੀਂ ਦੇਖੋ ਕਿ ਜਿਹੜਾ ਇੰਨਾ ਵੱਡਾ ਪੁਲਿਸ ਵੀ ਕੀ ਕਰੇ, ਇੰਨਾ ਚਿੱਟਾ ਵਿਗੜਿਆ, ਪੁਲਿਸ ਚਿੱਟੇ ਵਾਲੇ ਫੜਦੇ ਉਹਨੂੰ ਛੁਡਾਉਣ ਕੋਲ। ਡੰਡੇ ਦਾ ਮਾਹੌਲ ਸਾਲਾ ਕਿੰਨਾ ਕੁ ਅਜੀਬ, ਸਮਝਿਆ ਨੀ ਬੰਦੇ ਆਵੇ ਗੱਲਬਾਤ ਦੇ ਠੀਕ। ਡਾਂਡੇ ਦਾ ਮਾਹੌਲ ਸਾਲਾ ਕਿੰਨਾ ਕੁ ਅਜੀਬ, ਸਮਝਿਆ ਨੀ ਗੱਲਬਾਤ ਦੇ ਬੰਦੇ ਆਵੇ ਠੀਕ। ਡਾਂਡਿਆ ਵਾ ਇਹਨਾਂ ਦੇ ਚੌਧਰੀ ਹਰਾਉਣ ਡਿਆ, ਇਹਨਾਂ ਦੇ ਨਾਲ ਨਾਲ ਜਿਹੜੇ ਇਹਨਾਂ ਦੇ ਨਾਲ ਨਾਲ ਆ ਮੁੰਡੇ ਘੁੰਮਦੇ ਆ, ਜ਼ਿਆਦਾ ਤੌਰ 'ਤੇ ਦੇਖ ਲਓ ਸਮਾਨ ਵੇਚਣ ਵਾਲੇ ਘੁੰਮਦੇ ਆ। ਇਸ ਕਰਕੇ ਜਣਾਖਣਾ ਵਪਾਰੀ ਵਪਾਰੀ ਨੂੰ ਵੇ ਲੁੱਟਦਾ, ਜਣਾਖਣਾ ਵੇ ਬੰਦਾ ਘਰਾਂ ਨੂੰ ਇਹ ਲੁੱਟਦਾ, ਜਣਾਖਣਾ ਵੇ ਬੰਦਾ ਵਪਾਰੀ ਨੂੰ ਇਹ ਲੁੱਟਦਾ, ਜਣਾਖਣਾ ਵੇ ਬੰਦਾ ਘਰਾਂ ਨੂੰ ਇਹ ਲੁੱਟਦਾ। ਦਿਲ ਦੀ ਇਹ ਗੱਲ ਨਾ ਵੇ ਬੁੱਝ ਸਕਾ ਵੇ ਕੋਈ, ਇੱਕ ਦੂਜੇ ਗੱਲ ਬਾਤ ਚੱਲ ਦੀਵੇ ਹੋਈ। ਹੁਣ MC ਨੂੰ ਕਹਿੰਦੇ ਵੇ ਅੱਗੇ ਵੇ ਤੂੰ ਚੱਲ, ਹੱਲ ਨਹੀਂ ਉਹ ਮਿਲਿਆ ਵੇ ਕਿਸੇ ਦਾ ਵੇ ਕੋਈ। ਜ ਆ ਸਾਰਾ ਬਾਜ਼ਾਰ ਆ ਵਿਚਾਰਾ, ਜੇ ਸਵੇਰੇ ਮੰਦਰ ਜਾਂਦੇ ਆ ਤਾਂ ਪ੍ਰੋਬਲਮ ਆ, ਜੇ ਰਾਤ ਨੂੰ ਦੁਕਾਨਾਂ ਬੰਦ ਕਰਦੇ ਆ ਤਾਂ ਪ੍ਰੋਬਲਮ ਆ, ਇਹ ਜਾਣ ਕਿੱਥੇ। ਇਹ ਮਾਨ ਸਾਹਿਬ ਤੁਹਾਨੂੰ 92 MLA ਇਹਨਾਂ ਲੋਕਾਂ ਨੇ ਜਿਤਾਏ ਆ। ਡਾਂਡੇ ਦਾ ਮਾਹੌਲ ਸਾਲਾ ਕਿੰਨਾ ਕੁ ਅਜੀਬ, ਸਮਝ ਨਹੀਂ ਉਹ ਆਉਂਦਾ ਬੰਦੇ ਕਹਿਣ ਕੀ ਹੁਣ ਠੀਕ। ਡਾਂਡੇ ਦਾ ਮਾਹੌਲ ਸਾਲਾ ਕਿੰਨਾ ਕੁ ਅਜੀਬ, ਜਿਹੜਾ ਖਣਾ ਬੇ ਗੱਲ ਬਾਤ ਕਰੇ ਤੇਰੇ ਕੋਲ, ਤੈਨੂੰ ਨੀ ਬੇ ਸਮਝ ਵੇਖ ਕੀ ਮਖੋਲ। ਜਿਹੜਾ ਖਣਾ ਬੇ ਗੱਲ ਕਰੇ ਤੇਰੇ ਬਾਰੇ ਹੋ, ਤੈਨੂੰ ਨਹੀਂ ਸਮਝ ਕੀ ਹੋ ਗਿਆ ਮਖੋਲ। ਹੁਣ ਜ਼ਿੰਦਗੀ ਅਜੀਬ ਵੇ ਸਮਝਿਆ ਨੀ ਸ਼ਰੀਫ, ਗੱਲਬਾਤ ਹੋਣ ਲੱਗੀ ਜਿਵੇਂ ਆ ਬੇ ਠੀਕ, ਬਾਕੀ ਸੁਣੋ ਕਹਾਣੀ ਸੁਣਾਉਣ ਲੱਗੇ ਜ। ਇਸ ਕਰਕੇ ਨੀ ਜਦਾਏ ਕਿ ਇਹਨਾਂ ਦਾ ਜੀਣਾ ਬਹਾਰ ਹੋ ਜਾਏ। ਇਸ ਕਰਕੇ ਹੱਥ ਜੋੜ ਕੇ ਬੇਨਤੀ ਆ, ਇਹ ਹੋਣ ਕੀ ਡਿਆ, ਸਾਰੇ ਲੋਕ ਪੁੱਛਦੇ ਆ ਤੁਹਾਡੇ ਤੋਂ। ਮੇਰੇ ਹਿਸਾਬ ਦੇ ਨਾਲ ਇਸ ਜਿਹੜੀਆਂ ਰੋਜ਼ ਦੀਆਂ ਦੁਰਘਟਨਾਵਾਂ ਵਾਪਰਨੀਆਂ, ਇਸ ਦਾ ਡਾਂਡੇ ਦਾ ਮਾਹੌਲ ਸਾਲਾ ਕਿੰਨਾ ਕੁ ਅਜੀਬ, ਸੁਣੇ ਆ ਬੇ ਸਮਝ ਵਿੱਚ ਕਿਉਂ ਜੀ ਗਰੀਬ। ਡਾਂਡੇ ਦਾ ਮਾਹੌਲ ਜਵਾਬ ਦੇ ਚੀਫ ਮਿਨਿਸਟਰ ਆ ਔਰ ਮੌਕੇ ਦਾ ਹਲਕੇ ਦਾ MLA ਗੁਰਦਾਸ ਮਹਿੰਦਰੂ। ਮੈਂ ਦੁਕਾਨ 7:30 ਬੰਦ ਕੀਤੀ, ਮੈਂ ਆਪਣੇ ਘਰ ਨੂੰ ਅਯਾਪੁਰ ਜਾ ਰਿਹਾ ਸੀ, ਉੱਥੇ ਮੈਨੂੰ ਰਸਤੇ 3 ਬੰਦਿਆਂ ਨੇ ਘੇਰਾ ਪਾਇਆ ਔਰ ਮੈਨੂੰ ਹੱਥੋਂ ਭੱਜ, ਮੇਰੀ ਜੇਬ ਨੂੰ ਵੀ ਹੱਥ ਮਾਰਿਆ, ਪਰ ਮੈਂ ਜੇਬ ਨੂੰ ਆਪਣੀ ਨੂੰ ਬਚਾ ਲਿਆ। ਆਏ ਦਿਨ ਜਿਹੜੀਆਂ ਟਾਂਡਾ ਦੇ ਵਿੱਚ ਵਾਰ ਦਿੱਤੀਆਂ ਲੋਕਾਂ ਗੋਲੀਆਂ, ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ? ਪੁਲਿਸ ਜਿਹੜੀ ਆਪਣਾ ਕੰਮ ਨਹੀਂ ਸਹੀ ਤਰੀਕੇ ਨਾਲ ਕਰ ਰਹੀ। ਦੇਖੋ ਪੁਲਿਸ ਹੈ ਤਾਂ ਕੋਈ ਵੀ ਕੰਮ ਨਹੀਂ ਸਹੀ ਹੋ ਰਿਹਾ, ਇੰਨੀ ਲੁੱਟ ਸਾਡੇ ਸ਼ਹਿਰ ਦੇ ਅੰਦਰ ਹੋ ਰਹੀ ਆ, ਕੋਈ ਹਾਲੇ ਤੱਕ ਇਹਨਾਂ ਨੇ ਕੋਈ ਕਿਸੇ ਨੂੰ ਕਾਬੂ ਨਹੀਂ ਕੀਤਾ।